वेलकम टू माय चैनल देसी फूड स्टेज द सोलो फूड। आज असि बनावांगे चिल्ली हनी पटैटो। सब तो पहले असि पानी नू गरम कर लेंगे चंगी तरह। तो ये असि हम नमक पा देंगे, नून, थोड़ा जहा नमक पाने तो बाद आप जो स्लाइस किए हुए आलू ने एवं फ्रेंच फ्राइज वांगू इन्हों पा देंगे। ਇਹਨਾਂ ਨੂੰ ਅਸੀਂ ਹਾਫ ਕੁੱਕ ਬੋਇਲ ਕਰਨਾ ਹੈ, ਹਾਫ ਕੁੱਕ ਕਰ ਲੈਣਾ 50% ਤੱਕ। ਹੁਣ ਸਾਡੇ ਆਲੂ ਜਿਹੜੇ ਨੇ ਉਬਲ ਗਏ ਨੇ 50%, ਹੁਣ ਇਹਨਾਂ ਨੂੰ ਕੱਢ ਲਾਂਗੇ। 3 ਮਿੰਟ ਲੱਗੇ ਨੇ ਇਹਨਾਂ ਨੂੰ ਬੋਇਲ ਹੋਣ 'ਚ, ਗਰਮ ਪਾਣੀ 'ਚ ਪਾ ਕੇ ਕੱਟਦੇ ਸਨ। ਹੁਣ ਅਸੀਂ ਜਿਹੜੇ ਬੋਇਲ ਕੀਤੇ ਆਲੂ ਨੇ ਉਹਨਾਂ ਨੂੰ ਟਿਸ਼ੂ ਪੇਪਰ ਲੈ ਕੇ ਸਾਰੇ ਨੂੰ ਕਲੀਨ ਕਰ ਲਾਂਗੇ, ਕਿਉਂਕਿ ਜਿਹੜਾ ਵੀ ਪਾਣੀ ਹੋਏਗਾ ਉਹ ਟਿਸ਼ੂ ਅਬਜ਼ੋਰਬ ਕਰ ਲਏਗਾ। ਚਾਹੇ ਤਾਂ ਤੁਸੀਂ ਇਹਨਾਂ ਨੂੰ ਖਿਲਾਰ ਕੇ ਵੀ ਕਰ ਸਕਦੇ, ਪਰ ਮੈਂ ਬਾਊਲ 'ਚ ਹੀ ਕਰ ਲੈਂਦੇ ਹਾਂ। ਵੇਖੋ ਟਿਸ਼ੂ ਸਾਡਾ ਵੈੱਟ ਹੋ ਗਿਆ, ਜਿਹੜਾ ਵੀ ਪਾਣੀ ਸੀ ਉਹ ਸਾਰਾ ਆ ਜਾਏਗਾ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਡਰਾਈ ਕਰ ਲਿਆ ਆਪਣੇ ਆਲੂਆਂ ਨੂੰ ਉਹਨਾਂ ਦੇ ਟਿਸ਼ੂ ਨਾਲ। ਹੁਣ ਇਹਦੇ 'ਚ ਅਸੀਂ ਕੋਰਨਸਟਾਰਚ ਪਾ ਦਾਂਗੇ, ਕੋਰਨਫਲੋਰ। ਅਤੇ ਇਹਦੇ 'ਚ ਥੋੜ੍ਹੀ ਜਿਹੀ ਅਸੀਂ ਕਾਲੀ ਮਿਰਚ ਪਾ ਦਾਂਗੇ, ਇਹਨਾਂ ਨੂੰ ਮਿਕਸ ਕਰ ਲਾਂਗੇ। ਅਸੀਂ ਸਾਰੇ ਪਟੈਟੋਸ 'ਤੇ ਕੋਟਿੰਗ ਕਰ ਲਈਏ ਕੋਰਨਫਲੋਰ ਦੀ ਅਤੇ ਕਾਲੀ ਮਿਰਚ ਦੀ ਪਾਊਡਰ ਦੀ। ਹੁਣ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ, ਡੀਪ ਫਰਾਈ। ਹੁਣ ਸਾਡਾ ਤੇਲ ਗਰਮ ਹੋ ਗਿਆ, ਹੁਣ ਇਹਦੇ 'ਚ ਅਸੀਂ ਫਰਾਈ ਕਰ ਲਾਂਗੇ ਆਪਣੇ ਫ੍ਰੈਂਚ ਫਰਾਈਜ਼ ਨੂੰ। ਸਲੋਲੀ ਸਲੋਲੀ ਪਾ ਕੇ ਹੁਣ ਸਾਡੇ ਚੰਗੀ ਤਰ੍ਹਾਂ ਕ੍ਰਿਸਪੀ ਫਰਾਈ ਹੋ ਗਏ ਨੇ ਐਨ ਗੋਲਡਨ। ਅਤੇ ਹੁਣ ਇਹਨਾਂ ਨੂੰ ਅਸੀਂ ਕੱਢ ਲਾਂਗੇ। ਅਸੀਂ 2 ਚਮਚ ਤੇਲ ਲੈ ਕੇ ਉਹਨੂੰ ਗਰਮ ਕਰ ਲਿਆ ਤੜਕੇ ਲਈ। ਇਹਦੇ 'ਚ ਮੈਂ ਹਰਾ ਥੋਮ ਪਾਉਂਦੀ ਹਾਂ, ਗਾਰਲੀ ਹਰਾ, ਤੁਸੀਂ ਚਾਹੋ ਤਾਂ ਨੋਰਮਲ ਵਾਲਾ ਵੀ ਪਾ ਸਕਦੇ ਹੋ ਅਤੇ ਅਦਰਕ ਪਾ ਦਾਂਗੇ। ਇਹਨਾਂ ਨੂੰ ਭੁੰਨ ਲਾਂਗੇ 30 ਸੈਕਿੰਡ ਲਈ। ਹੁਣ ਇਹਦੇ 'ਚ ਅਸੀਂ ਪਿਆਜ਼ ਪਾ ਦਾਂਗੇ ਜਿਹਨੂੰ ਅਸੀਂ ਮੋਟਾ ਮੋਟਾ ਕੱਟਿਆ, ਅਤੇ ਨਾਲ ਹੀ ਬਰੀਕ ਸ਼ਿਮਲਾ ਮਿਰਚ ਪਾ ਦਾਂਗੇ ਕੱਟੀ ਹੋਈ। ਤੁਸੀਂ ਕਿਸੇ ਵੀ ਸ਼ੇਪ ਦੀ ਕੱਟ ਸਕਦੇ ਹੋ। ਇਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਅਸੀਂ ਸੌਤੇ ਕਰ ਲਾਂਗੇ। ਹੁਣ ਇਹਦੇ 'ਚ ਅਸੀਂ ਅਨੀਅਨ ਸਪਰਿੰਗਸ ਪਾ ਦਾਂਗੇ ਜਿਹਨਾਂ ਨੂੰ ਅਸੀਂ ਭੁੱਕਾ ਆਉਂਦੇ ਹਾਂ, ਗ੍ਰੀਨ ਜਿਹੜੀਆਂ ਉੱਤੇ ਹੁੰਦੀਆਂ ਨੇ ਉਹਨਾਂ ਦੀ, ਇਹਨਾਂ ਨੂੰ ਭੁੰਨ ਲਾਂਗੇ। ਜਿੰਨੀ ਦੇਰ ਤੱਕ ਸਾਡਾ ਤੜਕਾ ਭੁੱਜਦਾ ਹੈ ਉਨੀ ਦੇਰ ਅਸੀਂ ਫਿਰ ਸਲਰੀ ਬਣਾ ਲੈਂਦੇ ਹਾਂ। ਫਿਰ ਥੋੜ੍ਹਾ ਜਿਹਾ ਪਾਣੀ ਲੈ ਕੇ ਉਹਦੇ 'ਚ 1 ਚਮਚ ਕੋਰਨਫਲੋਰ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ, ਘੋਲ ਲਾਂਗੇ। ਹੁਣ ਸਾਡੀ ਸਲਰੀ ਵੇਖੋ ਰੇਡੀ ਹੈ, ਇੰਨੀ ਕੁ ਸਾਨੂੰ ਪਤਲੀ ਚਾਹੀਦੀ ਹੈ, ਰੇਡੀ ਹੈ। ਇਹਦੇ 'ਚ ਹੁਣ ਅਸੀਂ ਆਪਣੀ ਸੌਸ ਪਾ ਦਾਂਗੇ। ਪਹਿਲਾਂ ਅਸੀਂ ਟਮੈਟੋ ਸੌਸ ਪਾਵਾਂਗੇ, ਸੋਇਆ ਸੌਸ, ਰੈਡ ਚਿੱਲੀ ਸੌਸ, ਇਹਨਾਂ ਨੂੰ ਮਿਕਸ ਕਰ ਲਾਂਗੇ। ਮਿਕਸ ਕਰਨ ਤੋਂ ਬਾਅਦ ਇਹਦੇ 'ਚ ਥੋੜ੍ਹੀ ਜਿਹੀ ਅਸੀਂ 1 ਚਮਚ ਦੇ ਕਰੀਬ ਸ਼ਹਿਦ ਪਾ ਦਾਂਗੇ, ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਅਤੇ ਆਪਾਂ ਜਿਹੜੀ ਆਪਣੀ ਸਲਰੀ ਰੈਡੀ ਕੀਤੀ ਉਹ ਵੀ ਪਾ ਦਾਂਗੇ ਵਿੱਚ। ਇਹਨੂੰ ਪਾ ਕੇ 1 ਮਿੰਟ ਤੱਕ ਅਸੀਂ ਪਕਾ ਲਾਂਗੇ। ਅਸੀਂ ਚੰਗੀ ਤਰ੍ਹਾਂ ਪਕਾ ਲਿਆ, ਇਹਦੇ 'ਚ ਹੁਣ ਅਸੀਂ ਟੇਸਟ ਦੇ ਅਕੋਰਡਿੰਗ ਥੋੜ੍ਹਾ ਜਿਹਾ ਨਮਕ ਐਡ ਕਰ ਦਾਂਗੇ, ਕਿਉਂਕਿ ਨਮਕ ਅਸੀਂ ਜਦੋਂ ਆਲੂ ਬੋਇਲ ਕੀਤੇ ਸਨ ਉਦੋਂ ਵੀ ਪਾਇਆ। ਅਤੇ ਅਸਾਂ ਅਤੇ ਟੇਸਟ ਦੇ ਅਕੋਰਡਿੰਗ ਅਸੀਂ ਨਮਕ ਪਾ ਕੇ ਅਤੇ ਇਹਦੇ 'ਚ ਫਰਾਈ ਕੀਤੇ ਹੋਏ ਪਟੈਟੋਸ ਪਾ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਤੇ ਗੈਸ ਔਫ ਕਰ ਦਾਂਗੇ। ਇਹਨੂੰ ਅਸੀਂ ਸਰਵ ਕਰ ਲਿਆ ਅਤੇ ਇਹਨੂੰ ਗਾਰਨਿਸ਼ ਕਰ ਦਾਂਗੇ ਗ੍ਰੀਨ ਸਪਰਿੰਗਸ ਨਾਲ ਅਤੇ ਤਿਲਾਂ ਨਾਲ, ਸੈਸਮੀ ਸੀਡਸ ਨਾਲ, ਅਤੇ ਇਹਦੇ 'ਤੇ ਕੋਰੀਐਂਡਰ ਲੀਵਸ ਨਾਲ ਵੀ ਗਾਰਨਿਸ਼ ਕਰ ਦਾਂਗੇ। ਹੁਣ ਸਾਡੇ ਚਿੱਲੀ ਪਟੈਟੋ ਬਣ ਕੇ, ਹਨੀ ਚਿੱਲੀ ਪਟੈਟੋ ਬਣ ਕੇ ਰੇਡੀ ਨੇ। ਵੇਖ ਸਕਦੇ ਹੋ ਕਿੰਨੀ ਵਧੀਆ ਬਣੇ ਨੇ। ਜਿਵੇਂ ਸਾਡੇ ਕੋਲ ਅੱਗੇ ਕਈ ਵਾਰ ਫਰੈਂਚ ਫਰਾਈਜ਼ ਐਕਸਟਰਾ ਬਚ ਜਾਂਦੇ ਨੇ, ਅਸੀਂ ਉਹਨਾਂ ਨੂੰ ਵੀ ਐਵੇਂ ਯੂਜ਼ ਕਰ ਸਕਦੇ ਹਾਂ। ਅਤੇ ਜੇ ਤੁਹਾਨੂੰ ਫਰੈਂਡਸ ਮੇਰੀ ਵੀਡੀਓ ਪਸੰਦ ਆਉਂਦੀ ਹੈ ਲਾਈਕ ਕਰਨਾ, ਕਮੈਂਟ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ, ਹੈਵ ਅ ਨਾਈਸ